ਇੰਡੀਅਨ ਕਲਚਰਲ ਸੋਸਾਇਟੀ ਵੱਲੋਂ ਸੰਗੀਤਕ ਕਾਰਜਸ਼ਾਲਾ ਲਗਾਈ ਗਈ, ਜਿਸ ਦੇ ਵਿੱਚ ਵਿਦਿਆ ਪ੍ਰਦਾਨ ਕਰਨ ਲਈ ਉੱਚ ਕੋਟੀ ਦੇ ਵਿਦਵਾਨ ਪ੍ਰੋਫੈਸਰ ਉਸਤਾਦ ਸੁਖਵੰਤ ਸਿੰਘ ਜੀ ਜਵੱਦੀ ਵਾਲੇ ਖਾਸ ਤੌਰ ਤੇ ਪਹੁੰਚੇ, ਜਿਨ੍ਹਾਂ ਨੇ 13 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੂੰ ਸ਼ੁਰੂਆਤੀ ਅਤੇ ਗੁਰਮਤ ਸੰਗੀਤ ਦੀ ਵਿਦਿਆ ਪ੍ਰਦਾਨ ਕੀਤੀ। ਮਿਤੀ 20 ਅਪ੍ਰੈਲ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਬੋਰੀਵਾਲੀ ਮੁੰਬਈ ਵਿਖੇ ਕਾਰਜਸ਼ਾਲਾ ਲਗਾਈ ਗਈ ਅਤੇ ਮਿਤੀ 22 ਅਪ੍ਰੈਲ ਦਿਨ ਸੋਮਵਾਰ ਨੂੰ ਪੰਜਾਬ ਭਵਨ CBD ਬੇਲਾਪੁਰ ਨਵੀਂ ਮੁੰਬਈ ਵਿਖੇ ਕਾਰਜਸ਼ਾਲਾ ਲਗਾਈ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੌਰਥ ਇੰਡੀਆ ਕਲਚਰ ਸੋਸਾਇਟੀ, ਜਿੱਥੇ ਕਿ ਸਮੇਂ ਸਮੇਂ ਦੇ ਉੱਤੇ ਬੰਬੇ ਦੇ ਵਿੱਚ ਸਮਾਜਿਕ, ਧਾਰਮਿਕ, ਕਲਚਰਲ ਅਤੇ ਬਹੁਤ ਸਾਰੇ ਉਪਰਾਲੇ ਕਰਦੀ ਹੈ, ਉਹ ਇੱਕ ਨਵਾਂ ਉਪਰਾਲਾ ਨੌਰਥ ਕਲਚਰਲ ਸੋਸਾਇਟੀ ਨੇ ਸ਼ੁਰੂ ਕੀਤਾ ਹੈ। ਗੁਰਬਾਣੀ ਦਾ ਜੋ ਗਿਆਨ ਹੈ, ਗੁਰਬਾਣੀ ਦਾ ਮਿਊਜ਼ਿਕ ਹੈ, ਉਸਦੇ ਪ੍ਰਚਾਰ ਪ੍ਰਸਾਰ ਵਾਸਤੇ ਨਵਾਂ ਉਪਰਾਲਾ ਕੀਤਾ ਹੈ ਨੌਰਥ ਇੰਡੀਆ ਕਲਚਰ ਸੋਸਾਇਟੀ ਨੇ। ਪ੍ਰੋਫੈਸਰ ਸੁਖਵੰਤ ਸਿੰਘ ਜੀ ਜਵੱਦੀ ਟਕਸਾਲ ਵਾਲਿਆਂ ਦੀਆਂ ਜੋ ਮਿਊਜ਼ਿਕ ਵਰਕਸ਼ਾਪ ਨੇ ਬੰਬੇ ਵਿੱਚ ਲਗਾਈਆਂ ਜਾ ਰਹੀਆਂ ਨੇ। ਅੱਜ 22 ਤਰੀਕ ਨੂੰ CBD ਬੇਲਾਪੁਰ ਵਿਖੇ ਮਿਊਜ਼ਿਕ ਵਰਕਸ਼ਾਪ ਲਗਾਈ ਗਈ ਹੈ, ਜਿਸ ਦੇ ਵਿੱਚ ਸਾਡੇ ਬਹੁਤ ਹੀ ਵਿਦਵਾਨ ਭਾਈ ਸਾਹਿਬ ਭਾਈ ਸੁਖਵੰਤ ਸਿੰਘ ਜੀ ਜਵੱਦੀ ਕਲਾਂ ਦੇ ਪ੍ਰੋਫੈਸਰ ਸਾਹਿਬ, ਉਹਨਾਂ ਨੇ ਆ ਕੇ ਬੱਚਿਆਂ ਨੂੰ ਸੰਗੀਤ ਦੀਆਂ ਬਰੀਕੀਆਂ ਦੱਸੀਆਂ ਨੇ। ਔਰ ਜੋ ਗੁਰਮਤਿ ਸੰਗੀਤ ਹੈ ਉਸਦੇ ਬਾਰੇ ਬਹੁਤ ਹੀ ਬਰੀਕੀ ਨਾਲ ਸਮਝਾਇਆ ਹੈ, ਔਰ ਖੁਦ ਕੰਪੋਜੀਸ਼ਨਾਂ ਬਣਾ ਕੇ ਕਿਸ ਤਰ੍ਹਾਂ ਬੱਚਿਆਂ ਨੂੰ ਉਹਨਾਂ ਦੀ ਕਿੰਨੀ ਸਕੇਲ ਹੋਣੀ ਚਾਹੀਦੀ ਹੈ, ਬਹੁਤ ਹੀ ਬਰੀਕੀ ਦੇ ਨਾਲ ਸਮਝਾਇਆ ਗੁਰਮਤਿ ਸੰਗੀਤ ਦੇ ਬਾਰੇ। ਔਰ ਆਸ ਕਰਦੇ ਹਾਂ ਇਸੇ ਤਰ੍ਹਾਂ ਇਹ ਜੋ ਸੁਸਾਇਟੀ ਹੈ ਅੱਗੇ ਵੀ ਇਹੋ ਜਿਹੇ ਉਪਰਾਲੇ ਕਰਦੀ ਰਹੇਗੀ। ਅਸੀਂ ਬਹੁਤ ਧੰਨਵਾਦੀ ਹਾਂ, ਖਾਸ ਕਰ ਸਾਡੇ ਜਸਵੀਰ ਸਿੰਘ ਜੀ ਧਾਮ ਜੋ ਸੈਕਟਰੀ ਨੇ ਇਸ ਸੁਸਾਇਟੀ ਦੇ, ਸਾਡੇ ਪ੍ਰਧਾਨ ਸਾਹਿਬ ਸਰਦਾਰ ਜਸਪਾਲ ਸਿੰਘ ਜੀ ਸਿੱਧੂ ਸੁਪਰੀਮ ਕੌਂਸਲ ਦੇ ਪ੍ਰਧਾਨ ਨੇ, ਇਸ ਦੇ ਪ੍ਰੈਜੀਡੈਂਟ ਨੇ, ਇਸ ਦੇ ਨਾਲ ਸਾਡੇ ਵੀਰ ਹੀਰਾ ਸਿੰਘ ਜੀ, ਸਾਡੇ ਹੈਪੀ ਸਿੰਘ ਜੀ ਵੀਰ ਜੀ, ਸਾਰੇ ਹੀ ਇਹ ਰਲ ਕੇ ਬਹੁਤ ਵੱਡੇ ਉਪਰਾਲੇ ਕਰਦੇ ਨੇ। ਖਾਸ ਤੌਰ 'ਤੇ ਇਹ ਜੋ ਉਪਰਾਲਾ ਹੈ ਪੰਜਾਬ ਹੈਰੀਟੇਜ ਭਵਨ, ਜੋ ਕਿ ਪੰਜਾਬੀ ਕਲਚਰ ਐਂਡ ਵੈਲਫੇਅਰ ਐਸੋਸੀਏਸ਼ਨ ਹੈ ਉਸਦੇ ਅਧੀਨ ਜੋ ਪੰਜਾਬ ਹੈਰੀਟੇਜ ਭਵਨ CBD ਵਿਖੇ ਹੈ, ਉਸ ਦੇ ਵਿੱਚ ਉਪਰਾਲਾ ਕੀਤਾ ਗਿਆ ਹੈ। ਇਸ ਵਿੱਚ ਐਸੇ ਸਮਾਜਿਕ, ਧਾਰਮਿਕ ਉਪਰਾਲੇ ਕਰਦੇ ਰਹਿੰਦੇ, ਅਸੀਂ ਉਹਨਾਂ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਹੈ, ਔਰ ਇਹ ਜੋ ਸੁਸਾਇਟੀ ਹੈ ਵਧਾਈ ਦੀ ਪਾਤਰ ਹੈ। ਆਸ ਕਰਦੇ ਹਾਂ ਇਸੇ ਤਰ੍ਹਾਂ ਅੱਗੇ ਉਹ ਪ੍ਰਚਾਰ ਪ੍ਰਸਾਰ ਵਾਸਤੇ ਉਪਰਾਲੇ ਕਰਦੇ ਰਹਿਣਗੇ। ਅਤੇ ਮੈਨੂੰ ਇੰਨੀ ਖੁਸ਼ੀ ਹੈ ਕਿ ਬੜੇ ਦੂਰੋਂ ਦੂਰੋਂ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਅਸੀਂ ਪਹਿਲਾਂ ਬੋਰੀਵਾਰੀ ਪਰਸੋਂ ਉੱਥੇ ਗੁਰਮਤ ਸੰਗੀਤ ਦੀ ਵਰਕਸ਼ਾਪ ਅਟੈਂਡ ਕੀਤੀ। ਤਕਰੀਬਨ 250 ਸਟੂਡੈਂਟ ਸੀ ਉਹਦੇ ਵਿੱਚ, ਸਾਰਾ ਗੁਰੂ ਘਰ ਬਹਿਣ ਲਈ ਜਗ੍ਹਾ ਨਹੀਂ ਸੀ। ਕਿੱਥੋਂ ਕਿੱਥੋਂ ਬੱਚਿਆਂ ਦੇ ਅੰਦਰ ਉਤਸ਼ਾਹ ਹੈ ਗੁਰਬਾਣੀ ਕੀਰਤਨ ਪ੍ਰਤੀ, ਜੋ ਸਾਡਾ ਟ੍ਰੈਡੀਸ਼ਨ ਹੈ, ਜੋ ਸਾਡੀ ਪਰੰਪਰਾ ਹੈ, ਜਿਹਦੇ ਅੰਤਰਗਤ ਇੰਨੇ ਪਿਆਰੇ ਪਿਆਰੇ ਰਾਗ ਨੇ, ਸਾਡਾ ਫੋਕ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਕਿਉਂਕਿ ਅਸੀਂ ਆਪ ਹੀ ਵਿਸਾਰ ਰਹੇ ਹਾਂ। ਉਹਦੀ ਮੁੜ ਸੁਰਜੀਤੀ ਲਈ ਇੱਕ ਬੜਾ ਵੱਡਾ ਉਪਰਾਲਾ ਸਰਦਾਰ ਜਸਵੀਰ ਸਿੰਘ ਹੁਣਾਂ ਨੇ ਸਾਨੂੰ ਹੁਕਮ ਲਾਇਆ, ਗੁਰਮਤਿ ਸੰਗੀਤ ਦਾ ਅਸੀਂ ਰਲ ਕੇ ਆਦਾਨ ਪ੍ਰਦਾਨ ਕੀਤਾ। ਬਹੁਤ ਕੁਛ ਸਿਖਾਉਣ ਨੂੰ ਮਿਲਦਾ ਅਤੇ ਬਹੁਤ ਕੁਛ ਸਿੱਖਣ ਨੂੰ ਵੀ ਮਿਲਦਾ। ਅਤੇ ਮੈਂ ਅਰਦਾਸ ਕਰਦਾ ਇਸ ਸ਼ਹਿਰ ਲਈ, ਇਸ ਸੁਸਾਇਟੀ ਲਈ, ਲੋਕਾਈ ਲਈ, ਮਨੁੱਖਤਾ ਲਈ ਕੁਝ ਚੰਗੀਆਂ ਭਾਵਨਾਵਾਂ ਰੱਖਦੀਆਂ ਨੇ। ਸੱਚੇ ਪਾਤਸ਼ਾਹ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ, ਮਨੁੱਖਤਾ ਦੀ ਸੇਵਾ ਕਰਦੇ ਰਹਿਣ ਅਤੇ ਰੂਹਾਨੀ ਜੀਵਨ ਇਹਨਾਂ ਨੂੰ ਮਹਾਰਾਜ ਪ੍ਰਦਾਨ ਕਰਨ। ਮੈਂ ਸਾਰਿਆਂ ਨੂੰ ਇੱਕ ਕਰ ਮੁਬਾਰਕਬਾਦ ਦਿੰਦਾ ਅਤੇ ਗੁਰਮਤਿ ਸੰਗੀਤ ਪਰੰਪਰਾ ਨੂੰ ਮੁੜ ਹੋਰ ਅੱਗੇ ਲੈ ਕੇ ਜਾਣ ਲਈ ਮੈਂ ਇਹਨਾਂ ਨੂੰ ਬੇਨਤੀ ਵੀ ਕਰੂੰਗਾ, ਵੱਧ ਤੋਂ ਵੱਧ ਗੁਣੀ ਜਨਾਂ ਨੂੰ ਇੱਥੇ ਬੁਲਾ ਕੇ ਮੁੰਬਈ ਸ਼ਹਿਰ ਦੇ ਵਿੱਚ ਇਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਅਸੀਂ
ਸੱਚੀ ਸੁੱਚੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਾਗਾਤਮਕ ਤਾਲੀਮ ਦੇ ਸਕੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਗੋਰੇਗਾਂਵ ਮਲਾਡ ਬੋਰੀਵਾਲੀ ਦੈਸਰ ਮੀਰਾ ਰੋਡ ਅਤੇ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਵੱਲੋਂ ਖਾਸ ਤੌਰ ਤੇ ਸਹਿਯੋਗ ਦਿੱਤਾ ਗਿਆ। ਇਸ ਦੇ ਨਾਲ ਹੀ ਪ੍ਰਬੰਧਕ ਕਮੇਟੀ ਦੇ ਸਕੱਤਰ ਜਸਵੀਰ ਸਿੰਘ ਜੀ ਧਾਮ, ਜਸਪਾਲ ਸਿੰਘ ਜੀ ਸਿੱਧੂ, ਭਾਈ ਹੈਪੀ ਤੇ ਭਾਈ ਹੀਰਾ ਜੀ ਵੱਲੋਂ ਵੀ ਖਾਸ ਤੌਰ ਤੇ ਸਹਿਯੋਗ ਦਿੱਤਾ ਗਿਆ।